ਜੇਕਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ, ਰੋਟੀ ਨਹੀਂ ਖਾਂਦਾ, ਤਾਂ ਆਹ ਚੀਜ਼ ਉਹਨੂੰ ਖਵਾ ਦਿਓ ਅਤੇ ਉਹਨੂੰ ਭੁੱਖ ਵੀ ਲੱਗੂਗੀ ਅਤੇ ਰੋਟੀ ਵੀ ਖਾਊਗਾ ਅਤੇ ਉਹਦਾ ਵਜ਼ਨ ਵੀ ਵਧੂਗਾ। ਮਤਲਬ ਕਿ ਜੇਕਰ ਬੱਚਾ ਕਮਜ਼ੋਰ ਆ ਜ਼ਿਆਦਾ ਹੈ ਭੁੱਖ ਨਾ ਲੱਗਣ ਕਾਰਨ, ਤਾਂ ਉਹਨੂੰ ਆਹ ਚੀਜ਼ ਖਵਾ ਦਿਓ, ਸਵਾਦਿਸ਼ਟ ਵੀ ਹੈ ਅਤੇ ਬੱਚਾ ਖਾਵੇਗਾ ਵੀ ਇਹਨੂੰ, ਅਤੇ ਮਤਲਬ ਕਿ ਤੁਹਾਡਾ ਜਿਹੜਾ ਇੱਕ ਟ੍ਰੀਟਮੈਂਟ ਵੀ ਹੋ ਜੂਗਾ। ਬੱਚੇ ਨੂੰ ਜਿਹੜੀ ਭੁੱਖ ਨਹੀਂ ਲੱਗਦੀ ਉਹ ਹੱਲ ਪੱਕਾ ਕਰ ਦਾਂਗੇ। ਤੁਸੀਂ ਇੱਕ ਹਫ਼ਤਾ ਜਿਹੜੀ ਆਹ ਚੀਜ਼ ਬਣਾ ਕੇ ਖਵਾ ਦਿਓ, ਇੱਕ ਵਾਰੀ ਬਣਾ ਕੇ ਰੱਖ ਲਓ ਹਫ਼ਤਾ, ਤੁਸੀਂ ਮਤਲਬ ਕਿ ਇਹ ਉਹਨੂੰ ਖਵਾਈ ਚੱਲੋ, ਇੱਕ ਵਾਰ 'ਚ ਬਣ ਜੂਗੀ ਹਫ਼ਤੇ ਦੀ, ਅਤੇ ਉਦੋਂ ਬਾਅਦ ਤੁਸੀਂ ਰੋਜ਼ ਮਤਲਬ 5-6 ਪੀਸ ਉਹਨੂੰ ਖਵਾਈ ਜਾਓ ਬੱਚੇ ਨੂੰ, ਅਤੇ ਇਹਦੇ ਵਿੱਚ ਐਸੀ ਕੋਈ ਚੀਜ਼ ਨਹੀਂ ਪਾਈ ਗਈ ਜਿਹਦੇ ਕਾਰਨ ਬੱਚਾ ਇਹਨੂੰ ਮਤਲਬ ਕਿ ਨਾ ਖਾਵੇ। ਹਰ ਇੱਕ ਚੀਜ਼ ਚੰਗੀ ਹੈ ਅਤੇ ਮਤਲਬ ਕਿ ਸਵਾਦਿਸ਼ਟ ਵੀ ਹੈ, ਬੱਚਾ ਖਾਊਗਾ ਵੀ ਅਤੇ ਉਹਨੂੰ ਭੁੱਖ ਵੀ ਲੱਗੂਗੀ, ਅਤੇ ਜਦੋਂ ਇਹ ਚੀਜ਼ ਖਾਊਗਾ ਉਦੋਂ ਘੰਟੇ ਅੱਧੇ ਘੰਟੇ ਬਾਅਦ ਉਹਨੂੰ ਇੰਨੀ ਭੁੱਖ ਲੱਗੂਗੀ, ਉਹਨੂੰ ਚਾਹੇ ਰੋਟੀ ਖਵਾ ਦਿਓ, ਕੁਛ ਮਰਚੀ ਖਵਾ ਦਿਓ। ਮਤਲਬ ਕਿ ਬੱਚੇ ਕਈ ਵਾਰੀ ਨਹੀਂ ਖਾਂਦੇ ਹੁੰਦੇ, ਉਹਨਾਂ ਨੂੰ ਭੁੱਖ ਨਹੀਂ ਲੱਗਦੀ, ਅੰਦਰੋਂ ਮਨ ਹੀ ਨਹੀਂ ਕਰਦਾ ਹੁੰਦਾ ਖਾਣ ਦਾ, ਅਤੇ ਸੁਸਤੀ ਵੀ ਜ਼ਿਆਦਾ ਰਹਿੰਦੀ ਉਹਨਾਂ ਨੂੰ, ਸੁਸਤੀ ਇਸੇ ਕਾਰਨ ਰਹਿੰਦੀ, ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਅਤੇ ਇਹ ਚੀਜ਼ ਬਣਾਉਣ ਦਾ ਤਰੀਕਾ ਦੱਸਦੇ ਹਾਂ ਆਪਾਂ, ਇਹਦੇ ਵਿੱਚ ਸਮਾਨ ਦੱਸਾਂ ਆਪਾਂ ਇਕੱਲਾ ਇਕੱਲਾ, ਇਹਨੂੰ ਵਰਤਣ ਦਾ ਤਰੀਕਾ ਦੱਸਾਂਗੇ। ਵਰਤਣ ਦਾ ਇੱਕ ਤਰੀਕਾ ਹੈ, ਜੇਕਰ ਗਲਤ ਤਰੀਕੇ ਨਾਲ ਵਰਤ ਲਿਆ ਤਾਂ ਇਹਨੇ 1% ਕੰਮ ਨਹੀਂ ਕਰਨਾ। ਅਤੇ ਤੁਸੀਂ ਪਾਣੀ ਪਾ ਲਓ ਕਿਸੇ ਭਾਂਡੇ ਦੇ ਵਿੱਚ, ਅਤੇ ਉਹਨੂੰ ਗੈਸ ਚੁੱਲ੍ਹੇ ਕਿਸੇ ਮਰਜ਼ੀ ਉੱਤੇ ਰੱਖ ਲਓ, ਅਤੇ ਉਹਦੇ ਵਿੱਚ ਤੁਸੀਂ 2 ਛੋਟੇ ਪੀਸ ਇਮਲੀ ਦੇ ਪਾਉਣੇ ਨੇ, ਸੁੱਕੀ ਇਮਲੀ ਦੇ। ਇਹ ਤੁਸੀਂ ਪੰਸਾਰੀ ਦਿਓ, ਕਿਸੇ ਵੀ ਕਰਿਆਣੇ ਵਾਲੇ ਤੋਂ ਲੈ ਕੇ ਆ ਸਕਦੇ ਹੋ। ਅਤੇ ਉਹਦੇ ਵਿੱਚ ਖੰਡ ਨਹੀਂ ਪਾਉਣੀ, ਆਪਾਂ ਗੁੜ ਪਾਉਣਾ। ਖੰਡ ਕਿਉਂਕਿ ਬੱਚਿਆਂ ਨੂੰ ਮਤਲਬ ਕਿ ਆਪਾਂ ਜੇ ਖਵਾਵਾਂਗੇ ਤਾਂ ਉਹਨਾਂ ਹੀ ਭੁੱਖ ਲੱਗਣ ਕਾਰਨ ਮਤਲਬ ਭੁੱਖ ਰੋਕ ਦੂਗੀ, ਉਹ ਗੁੜ ਆ ਜਿਹੜਾ ਗੁੜ ਕਾਰਨ ਭੁੱਖ ਲੱਗ ਜੂਗੀ। ਅਤੇ ਬਾਕੀ ਹੋਰ ਸਮਾਨ ਆ ਇਹਦੇ ਵਿੱਚ ਬਹੁਤ ਪਾਵਾਂ ਆਪਾਂ, ਇਹਦੇ ਵਿੱਚ ਗੁੜ ਪਾ ਲਓ ਤੁਸੀਂ ਆਪਣੇ ਸਵਾਦ ਅਨੁਸਾਰ ਜਿੰਨਾ ਤੁਹਾਡੇ ਬੱਚੇ ਖਾਂਦੇ ਹੈ ਮਿੱਠਾ। ਅਤੇ ਪਾਣੀ ਦੇ ਵਿੱਚ ਰੱਖ ਦਿਉ 3-4 ਮਿੰਟ, ਜਿਹੜਾ ਉਹਨੂੰ ਮਤਲਬ ਤੁਸੀਂ ਗੈਸ 'ਤੇ ਰਹਿਣ ਦਿਉ, ਚੁੱਲ੍ਹੇ 'ਤੇ ਰਹਿਣ ਦਿਉ। ਅਤੇ ਉਹ ਤੋਂ ਬਾਅਦ ਸਮਾਨ ਆਪਾਂ ਇਹਦੇ ਵਿੱਚ ਪਾਉਣਾ। ਇਹ 'ਚ ਸੌਂਫ ਵੀ ਹੈ ਆਪਣੇ ਕੋਲ, ਤਿਲ ਵੀ ਨੇ, ਅਤੇ ਜਿਹੜੇ ਫੁੱਲ ਮਖਾਣੇ ਕਹਿੰਦੇ ਆਪਾਂ ਮਖਾਣੇ ਉਹ ਵੀ ਨੇ। ਅਤੇ ਮਖਾਣੇ ਦੇ ਵਿੱਚ ਭਰਪੂਰ ਕੈਲਸ਼ੀਅਮ ਹੁੰਦਾ, ਜਿਹੜਾ ਬੱਚਿਆਂ ਦੀ ਹੱਡਾਂ ਪੈਰਾਂ ਦੀ ਜਿਹੜੀ ਸਿਹਤ ਹੈ ਉਹ ਵੀ ਬਣਾਊਗਾ, ਅਤੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਂਦੀ, ਅਤੇ ਬੱਚਾ ਇਹਦੇ ਨਾਲ ਵੱਧ ਨਹੀਂ ਪਊਗਾ ਕਿਉਂਕਿ ਇਹਦੇ ਵਿੱਚ ਜਿਹੜੇ ਕੈਲਸ਼ੀਅਮ ਹੁੰਦਾ ਇਹ ਜਿਹੜੇ ਮਖਾਣੇ ਹੁੰਦੇ ਨੇ। ਅਤੇ ਜਦੋਂ ਥੋੜ੍ਹਾ ਮੋਟਾ ਗੁੜ ਚਿਪਾ ਚਿਪਾ ਜਿਹਾ ਹੋਣ ਲੱਗ ਗਿਆ, ਜਿਵੇਂ ਚਾਸਣੀ ਜੀ ਹੁੰਦੀ ਹੈ, ਉਦੋਂ ਤੁਸੀਂ ਇਹਦੇ ਵਿੱਚ ਮਖਾਣੇ ਪਾ ਦੇਣੇ ਨੇ। ਜਿਵੇਂ ਇੰਨੇ ਸਾਰੇ ਮਖਾਣੇ ਨੇ, ਇੱਕ ਹਫ਼ਤੇ ਤਿਆਰ ਆਪਾਂ ਇਕੱਠੀ ਕਰ ਲਏ, ਹਫ਼ਤੇ ਦਾ ਸਮਾਨ ਹੋਵੇ ਇਕੱਠਾ, ਅਤੇ ਉਹਦੇ ਵਿੱਚ ਮਖਾਣੇ ਪਾ ਲਓ, ਅਤੇ ਉਹਨੂੰ 2-3 ਮਿੰਟ ਤੁਸੀਂ ਜਦੋਂ ਉੱਪਰ ਰੱਖੋਗੇ ਤਾਂ ਹੋ ਜਿਹੜਾ ਉਹ ਮਤਲਬ ਗਾੜਾ ਹੋਈ ਜਾਊਗਾ। ਫਿਰ ਆਪਾਂ ਉਹਦੇ ਵਿੱਚ ਪਾਉਣਾ ਸਮਾਨ ਜਿਹਨੇ ਬੱਚੇ ਨੂੰ ਭੁੱਖ ਲਵਾਉਣੀ ਹੈ, ਉਹ ਸਮਾਨ ਆ ਗਿਆ ਗੋਲੀਆਂ ਨਾਲੋਂ ਕਿਤੇ ਚੰਗਾ ਸਮਾਨ ਹੈ ਇਹ। ਇੱਕ ਵਾਰੀ ਵਰਤ ਕੇ ਦੇਖ ਲਓ, ਇਹਦੇ ਵਿੱਚ ਨੁਕਸਾਨ ਕੋਈ ਨਹੀਂ ਤੁਹਾਨੂੰ। ਸੌਂਫ ਪਾ ਲਿਓ ਥੋੜ੍ਹੀ ਜੀ, ਮਿਲ ਤੋੜ ਕੇ ਪਾਉਣ ਦੀ ਕੋਈ ਲੋੜ ਨਹੀਂ, ਤੁਸੀਂ ਮਤਲਬ ਥੋੜ੍ਹੀ ਜਿਹੀ ਆਪਣੇ ਹਿਸਾਬ ਨਾਲ ਪਾ ਸਕਦੇ ਹੋ। ਅਤੇ ਉਹ ਤੋਂ ਬਾਅਦ ਪਾ ਦਿਓ ਉਹਦੇ ਵਿੱਚ ਤਿਲ, ਤਿਲ ਵੀ ਬਹੁਤ ਚੰਗੀ ਚੀਜ਼ ਹੁੰਦੀ ਹੈ, ਅਤੇ ਉਹਦੇ ਵਿੱਚ ਆਪਾਂ ਪਾਉਣੇ ਤਿਲ। ਅਤੇ ਹੁਣ ਇੱਕ ਮਤਲਬ ਕਿ ਤੁਸੀਂ ਇਹਨੂੰ 1-2 ਮਿੰਟ ਫੇਰ ਉੱਪਰ ਹੀ ਰੱਖਣਾ, ਕਿਉਂਕਿ ਇਹਨੂੰ ਹਜੇ ਹੋਰ ਆਪਾਂ ਗਾੜਾ ਕਰਨਾ, ਇਹ ਹਜੇ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆ ਨਾ। ਇਹ ਜਦੋਂ ਇੱਕ ਮਤਲਬ ਤਿਆਰ ਹੋਊਗਾ, ਇੱਕ ਤਰ੍ਹਾਂ ਦੀ ਟੌਫੀਆਂ ਵਾਂਗੂ, ਕੈਂਡੀਆਂ ਵਾਂਗੂ ਵੀ ਬਣ ਜੂਗਾ, ਬੱਚੇ ਨੂੰ ਭੱਜ ਕੇ ਖਾਣਗੇ, ਅਤੇ ਮਤਲਬ ਸਵਾਦ ਵੀ ਹੋਊਗਾ ਦੇਖੋ, ਅਤੇ ਕਲਰ ਵੀ ਦੇਖੋ ਵੀ ਕਿੰਨਾ ਸੋਹਣਾ ਬਣ ਗਿਆ। ਅਤੇ ਇਹਦੇ ਵਿੱਚ ਸਮੈਲ ਇੰਨੀ ਜ਼ਿਆਦਾ ਸੋਹਣੀ ਸਮੈਲ ਆਉਂਦੀ ਹੈ ਨਾ, ਤੁਸੀਂ ਆਪ ਵੀ ਖਾ ਕੇ ਹੈਰਾਨ ਹੋ, ਤੁਸੀਂ ਵੱਡੇ ਵੀ ਖਾ ਸਕਦੇ, ਜ਼ਰੂਰੀ ਨਹੀਂ ਬੱਚੇ ਨੂੰ ਦੇਣਾ, ਆਪਾਂ ਵੱਡੇ ਵੀ ਇਹਨੂੰ ਖਾ ਸਕਦੇ ਹੈ। ਅਤੇ ਆਹ ਦੇਖੋ ਵੀ ਇੱਕ ਤਰ੍ਹਾਂ ਦੀ ਟੌਫੀਆਂ ਵਾਂਗੂ ਇਹ ਤਿਆਰ ਹੋ ਗਿਆ। ਇਹਨੂੰ ਮਤਲਬ ਕਿ ਬੱਚਿਆਂ ਤੁਸੀਂ 1-2 ਪੀਸ ਫੜਾ ਦੇ, ਉਹ ਆਪਦਾ ਸਵਾਦ ਅਨੁਸਾਰ ਉਹਨੂੰ ਮਤਲਬ ਕਿ ਊਈਂ ਵਧੀਆ ਲੱਗਣਗੀਆਂ ਚੀਜ਼ਾਂ, ਹੈ ਹੀ ਇੰਨੀ ਵਧੀਆ ਨੇ ਖਾਣ 'ਚ, ਇਹਦੀ ਸਮੈਲ ਵੀ ਵਧੀਆ ਪੂਰੀ ਅਤੇ ਖਾਣ 'ਚ ਵੀ ਪੂਰੀ ਵਧੀਆ। ਇਹ ਚੀਜ਼ ਨੂੰ ਹੁਣ ਆਪਾਂ ਕਰਨਾ ਠੰਡਾ, ਤਿਲ ਤੁਸੀਂ ਹੋਰ ਵੀ ਪਾ ਸਕਦੇ ਜੇਕਰ ਪਾਉਣੇ ਨੇ ਉੱਤੇ, ਅਤੇ ਤਾਂ ਜੋ ਇਹ ਮਤਲਬ ਹੋਰ ਸੋਹਣੇ ਲੱਗਣ ਬੱਚਿਆਂ ਨੂੰ, ਜਿੰਨੇ ਜ਼ਿਆਦਾ ਸੋਹਣੇ ਲੱਗਣੇ ਉੱਨੀ ਜ਼ਿਆਦਾ ਉਹ ਇਹਨੂੰ ਖਾਣਗੇ, ਅਤੇ ਕਿਉਂਕਿ ਬੱਚੇ ਸੋਹਣੀ ਚੀਜ਼ ਦੇਖਦੇ ਜ਼ਿਆਦਾ। ਅਤੇ ਇੱਕ ਦੇਖਦੇ ਉਹ ਮਿੱਠਾ ਮਿੱਠਾ ਵੀ ਆਪਾਂ ਇਹਦੇ ਵਿੱਚ ਗੁੜ ਪਾਇਆ, ਅਤੇ ਹੁਣ ਇਹਨੂੰ ਠੰਡਾ ਕਰਨਾ ਆਪਾਂ।
ਤੇ ਠੰਡਾ ਹੋਣ ਤੋਂ ਬਾਅਦ ਇਹ ਜਿਹੜੀ ਇਹ ਮਤਲਬ ਕਿ ਲੁੱਕ ਆ ਜੂਗੀ ਇਹਦੀ, ਤੇ ਇਹ ਹਜੇ ਹੋਰ ਵੀ ਠੰਡਾ ਕਰਕੇ ਮਤਲਬ ਬਿਲਕੁਲ ਮਤਲਬ ਕਾਰਡੇ ਹੋ ਜਾਣਗੇ ਪੀਸ, ਜਿਵੇਂ ਕੁਰਕਰੇ ਹੁੰਦੇ ਨੇ ਇਸ ਤਰ੍ਹਾਂ ਹੋ ਜਾਣਗੇ, ਤੇ ਇਹ ਤੇ ਉਹਨੂੰ ਬੱਚੇ ਭੱਜ ਭੱਜ ਖਾਣਗੇ ਤੇ ਭੁੱਖ ਵੀ ਲੱਗੂਗੀ। ਹਫ਼ਤਾ ਤੁਸੀਂ ਇਹ ਚੀਜ਼ ਖਵਾ ਕੇ ਦੇਖ ਲਓ ਬੱਚਿਆਂ ਨੂੰ, ਤੇ ਤੁਸੀਂ ਰਿਜ਼ਲਟ ਦੇਖ ਲਿਓ, ਰਿਜ਼ਲਟ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ, ਤੁਹਾਡੇ ਬੱਚਿਆਂ ਦਾ ਜਿਹੜਾ ਵਜ਼ਨ ਵੀ ਵਧਣ ਲੱਗ ਜੂਗਾ, ਕਿਉਂਕਿ ਉਹ ਚੰਗੀ ਜਦੋਂ ਰੋਟੀ ਵਗੈਰਾ ਖਾਣ ਲੱਗ ਜਾਣ, ਦੁੱਧ ਵਗੈਰਾ ਪੀਣ ਲੱਗ ਜਾਣਗੇ। ਠੀਕ ਆ ਦੋਸਤੋ, ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ।